ਨਮਸਕਾਰ ਖਬਰਾਂ ਦੇ ਸਪਲਟਨੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਪਹਿਲਾ ਪੇਜ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸ਼ਾਹਯਾਂਪੂਰ ਵਿਖੇ ਗੰਗਾ ਅਕਸ਼ਤ ਦਾ ਸਵੇਦ ਰੱਖਿਆ ਨੀ ਪੱਥਰ ਕੇਂਦਰੀ ਸਟੀਲ ਮੰਤਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਮੰਡੀ ਗੋਬਿੰਦਗੜ ਦਾ ਦੌਰਾ ਕੀਤਾ ਸਨਤਾਂ ਨੂੰ ਹਰ ਮਦਦ ਦਾ ਪ੍ਰੋਸਾਦ ਦਵਾਇਆ ਫਰੋਜ਼ਪੁਰ ਸੈਕਟਰ ਵਿੱਚ ਕਮਾਂਡੰਰੀ ਸਰਾਤੇ ਬੀਐਸਐਫ ਨੇ ਪਾਕਿਸਤਾਨੀ ਡਰੋਨ ਥੱਲੇ ਸੁੱਟਿਆ ਸਮੁੱਚੇ ਪੰਜਾਬ ਵਿੱਚ ਸੀਤ ਲਹਿਰ ਜਾਰੀ ਸੰਗਣੀ ਤੋਂ ਦਾ ਪ੍ਰਕੋਪ ਵੀ ਵਧਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੂਰ ਵਿਖੇ ਗੰਗਾ ਐਕਸਪ੍ਰੈਸ ਵੇਦਾਨੀ ਪੱਥਰ ਰੱਖਿਆ ਇਸ ਮੌਕੇ ਤੇ ਹੋਰਨਾਂ ਦੇ علاوہ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਵੀ ਮੌਜੂਦ ਸਨ ਸ਼ਹਿ ਮਾਰਗੀ 594 ਕਿਲੋਮੀਟਰ ਲੰਮੇ ਇਸ ਐਕਸਪ੍ਰੈਸ ਵੇ ਉੱਪਰ 36200 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਉੱਤਰ ਪ੍ਰਦੇਸ਼ ਦਾ ਸਭ ਤੋਂ ਲੰਮਾ ਐਕਸਪ੍ਰੈਸ ਵੇ ਹੋਵੇਗਾ ਸਮਾਗਮ ਨੂੰ ਸਮਾਪਤ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਿਨ ਰਾਤ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ ਉਹਨਾਂ ਨੇ ਕਿਹਾ ਕਿ ਇਸ ਐਕਸਪ੍ਰੈਸ ਵੇ ਦੇ ਬਣਨ ਨਾਲ ਉ शाहजहांपुर में ऐसा ही पुण्य अवसर है ऐतिहासिक अवसर है आज उत्तर प्रदेश के सबसे बड़े सबसे बड़े एक्सप्रेसवे, गंगा एक्सप्रेसवे पर काम शुरू हो रहा है गंगा एक्सप्रेसवे भी यूपी की प्रगति के नए द्वार खोलेगा ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਡਬਲ ਇੰਜਨ ਦੀ ਸਰਕਾਰ ਲਗਾਤਾਰ ਵਿਕਾਸ ਦੇ ਨਵੇਂ ਰਸਤੇ ਖੋਲ ਰਹੀ ਹੈ ਤੇ ਗਰੀਬਾਂ ਤੇ ਪਛੜੇ ਲੋਕਾਂ ਦੀ ਭਲਾਈ ਵਾਸਤੇ ਇਮਾਨਦਾਰੀ ਨਾਲ ਯਤਨ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਯੋਜਨਾਵਾਂ ਦੀ ਸ਼ੁਰੂਆਤ ਆਪਣੀਆਂ ਤਜੋਰੀਆਂ ਭਰਨ ਲਈ ਕਰਦੀ ਸੀ ਪਰ ਹੁਣ ਯੋਜਨਾ ਦੀ ਸਾਰੀ ਰਕਮ ਉਸੇ ਹੀ ਯੋਜਨਾ ਉੱਪਰ ਖਰਚ ਕੀਤੀ ਜਾਂਦੀ ਹੈ। ਕੇਂਦਰੀ ਸਟੀਲ ਮੰਤਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੰਡੀ ਗੁਬਿੰਦਗੜ੍ਹ ਦੀ ਸਨਤਵਾਲ ਬੁੱਧੀ ਰਿਤੀ ਅੰਦਿਤਤਾ ਜਾਵੇਗਾ। ਉਹਨਾਂ ਨੇ ਅੱਜ ਮੰਡੀ ਗੁਬਿੰਦਗੜ੍ਹ ਦੇ ਸਨਤਕਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਹਾਸਲ ਕੀਤੀ। ਸਨਤਕਾਰਾਂ ਵੱਲੋਂ ਵੱਖ-ਵੱਖ ਮੁੱਦੇ ਕੇਂਦਰੀ ਮੰਤਰੀ ਸਾਹਮਣੇ ਰੱਖੇ ਗਏ ਜਿਨ੍ਹਾਂ ਵਿੱਚ ਸਕ੍ਰੈਪ, GST ਮੁੱਦੇ ਵੀ ਸ਼ਾਮਲ ਸਨ। ਮੰਡੀ ਗੁਬਿੰਦਗੜ੍ਹ ਵਿੱਚ ਸਕ੍ਰੈਪ ਯੂਨਿਟ ਸਥਾਪਿਤ ਕਰਨ ਦੀ ਮੰਗ ਵੀ ਕੀਤੀ ਗਈ। ਕੇਂਦਰੀ ਮੰਤਰੀ ਨੇ ਮੰਡੀ ਗੁਬਿੰਦਗੜ੍ਹ ਵਿੱਚ ਚੱਲ ਰਹੇ ਕਈ ਸਨਤੀ ਯੂਨਿਟਾਂ ਦਾ ਦੌਰਾ ਵੀ ਕੀਤਾ। ਰਾਮਚੰਦਰ ਪ੍ਰਸਾਦ आत्मनिर्भर बनाने की सोच न लागू किया जाएगा ठंड का बहुत बड़ा योगदान है जो हमारा सेकेंडरी स्टील है उसके उत्पादन में और हम तीन चार अभी गए थे यूनिट्स को देखा भी है बहुत ही अच्छा काम यहाँ हो रहा है तो जो भी हमारे लोग लगाए हुए हैं उनकी क्या क्या समस्याएं हैं कैसे उनका और भी अच्छा हमने यहाँ पर प्रोडक्शन बढ़ सकता है उन सभी चीज़ों पर हम लोगों ने सबको सुना है उन्होंने तो बहुत अच्छे अच्छे मुद्दे को रखा है और हम कोशिश करेंगे कि आगे आने वाले समय में जो हमारा ये पूरा पूरा गोविंदगढ़ का मर्जी का इलाका है यहाँ और भी जो है इस क्षेत्र में विकास हो इससे हमारे और लोगों का रोज़गार मिलेगा लोगों की आमदनी बढ़ेगी और इससे हमारा जो पूरा का पूरा देश में हमारे प्रधानमंत्री की जो सोच है कि बिल्कुल आत्मनिर्भर भारत बनाने का उसमें हम लोग काम ਕੇਂਦਰ ਸਰਕਾਰ ਵੱਲੋਂ ਜਨਜੀਵਨ ਮਿਸ਼ਨ ਤਹਿਤ ਹਰ ਘਰ ਜਲ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸੇ ਹੱਥ ਲੋਕਾਂ ਦੇ ਘਰਾਂ ਤੱਕ ਸਾਫ਼ ਪੀਣ ਵਾਲੇ ਪਾਣੂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। ਜਲੰਧਰ ਜ਼ਿਲ੍ਹੇ ਦੇ ਭੋਗਪੁਰ ਦੇ ਪਿੰਡ ਬੜਚੂਹੀ ਵਿਖੇ 100% ਦੀ ਘਰਾਂ ਵਿੱਚ ਯੋਜਨਾ ਤਹਿਤ ਪੀਣ ਵਾਲਾ ਸਾਫ਼ ਪਾਣੀ ਪਹੁੰਚ ਰਿਹਾ ਹੈ ਤੇ ਨਾਲ ਹੀ ਸਬਮਰਸੀਬਲ ਪੰਪਾਂ ਦੀ ਵਰਤੋਂ ਰੁਕਣ ਸਦਕਾ ਜ਼ਮੀਨੀ ਪਾਣੀ ਦਾ ਪੱਧਰ ਬਣਾਈ ਰੱਖਣ ਵਿੱਚ ਵੀ ਮਦਦ ਮਿਲ ਰਹੀ ਹੈ। ਪੇਸ਼ ਹੈ ਇੱਕ ਰਿਪੋਰਟ। ਪੋਗਪੁਰ ਤੇ ਪਿੰਡ ਬੜਚੂਈ ਵਿੱਚ 100% ਦੀ ਘਰਾ ਤੱਕ ਟੂਟੀ ਵਾਲਾ ਪਾਣੀ ਪਹੁੰਚ ਚੁੱਕਾ ਹੈ ਇਹ ਸਭ ਕੁਝ ਸੰਭਵ ਹੋਇਆ ਹੈ ਪਾਰ ਸਰਕਾਰ ਦੇ ਜਲ ਜੀਵਨ ਮਿਸ਼ਨ ਤਹਿਤ ਚੱਲ ਰਹੀ ਹਰ ਘਰ ਜਲ ਯੋਜਨਾ ਨਾਲ ਪਿੰਡ ਦੇ ਸਰਪੰਚ ਲਖਵੀਰ ਕੌਰ ਦਾ ਕਹਿਣਾ ਹੈ ਸਾਡੇ ਪਿੰਡ 'ਚ 100% ਮਾਲਕ ਕਨੈਕਸ਼ਨ ਹੈਗੇ ਆ ਤੇ 24 ਘੰਟੇ ਸਾਨੂੰ ਪਾਣੀ ਮਿਲਦਾ ਹੈ ਤੇ ਸਕੂਲ ਵਿੱਚ ਗੁਰਦੁਆਰੇ ਵਿੱਚ ਮੰਦਿਰ ਵਿੱਚ ਜਿੱਦਾਂ ਤਾਰ ਮੇਸ਼ਾਲਾ ਜੇ ਸਾਰੇ ਫ੍ਰੀ ਕਨੈਕਸ਼ਨ ਐ ਇੱਥੋਂ ਅਸੀਂ ਕੋਈ ਬਿੱਲ ਕਲੈਕਟ ਨਹੀਂ ਕਰਦੇ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਉਪਰਾਲਾ ਕਰਕੇ ਸਾਡੇ ਪਾਣੀ ਦਾ ਸਾਨੂੰ ਮਤਲਬ ਵਧੀਆ ਪੀਣ ਵਾਸਤੇ ਪਾਣੀ ਉਪਲਬਧ ਕਰਵਾਇਆ ਪਿੰਡ ਵਾਸੀਆਂ ਮੁਤਾਬਕ ਜਲ ਜੀਵਨ ਮਿਸ਼ਨ ਨੇ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਇਆ ਏ ਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਇਆ ਏ ਇਹ ਸਾਨੂੰ ਸਰਕਾਰ ਨੇ ਫ੍ਰੀ ਕਨੈਕਸ਼ਨ ਦਿੱਤੇ ਆ ਜਲ ਜੀਵਨ ਮਿਸ਼ਨ ਤਹਿਤ ਆ ਸਾਡੇ ਪਿੰਡ ਦਾ ਪਾਣੀ ਕਾਫੀ ਖਰਾਬ ਸੀ ਇਹਦੇ ਨਾਲ ਸਾਨੂੰ ਬੜੀ ਸਹੂਲਤ ਮਿਲੀ ਆ ਪਾਣੀ ਮਿਲਣ ਨਾਲ ਤੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਰਿਹਾ ਤੇ ਸਾਡੇ ਪਿੰਡ ਦੇ ਵਾਸੀ ਵੀ ਸਾਰੇ ਖੁਸ਼ ਹਸੀ ਵੀ ਖੁਸ਼ ਆ ਬਹੁਤ ਇਹਨਾਂ ਦਿੱਕਤ ਸੀ ਕਿ ਪਹਿਲਾਂ ਸਾਡੇ ਪਿੰਡ ਦੇ ਲਾਗੇ ਛੱਪੜਾ ਪਾਣੀ ਗੰਦਾ ਸੀ ਤੇ ਨਾਲਕਿਆਂ ਦਾ ਸਾਰਾ ਪਿੰਡ ਚੋਗ ਨਹੀਂ ਸੀਗਾ ਲੋਕਾਂ ਨੂੰ ਮੋਟਰਾਂ ਤੋਂ ਪਾਣੀ ਲੈ ਆਉਣਾ ਪੈਂਦਾ ਸੀ ਤੇ ਹੁਣ ਸਾਡੇ ਘਰਾਂ 'ਚ ਟੂਟੀਆਂ ਲੱਗੀਆਂ ਬੜੇ ਵਧੀਆ ਅਸੀਂ ਜੀਵਨ ਬਤੀਤ ਕਰ ਰਹੇ ਆ ਆਪਣਾ ਪਾਣੀ ਦੀ ਟੈਂਕੀ ਤੇ ਬਣੀ ਹੈ ਨਾ ਪਾਣੀ ਬੜਾ ਵਧੀਆ ਯਾਨੀ ਕਿ ਹਿੰਜੋ ਹੈ ਤੇ ਕਈਆਂ ਬਿਮਾਰੀਆਂ ਤੋਂ ਰਹਿਤ ਹੋ ਚੁੱਕਾ ਹੈ ਪਿੰਡ ਜਿੱਦਾਂ ਅਲਰਜੀ ਹੋਈ ਪੇਟ ਦੀ ਖਰਾਬੀ ਹੋਈ ਸਭ ਕੁਮ ਠੀਕ ਠਾਕ ਹੋ ਗਿਆ ਹੈ ਅਸੀਂ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਬੋਟਰ ਰਾਹੀਂ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾਉਣ ਵਾਲੀ ਪੰਪ ਆਪਰੇਟਰ ਮਨਦੀਪ ਕੌਰ ਬਿੱਲ ਇਕੱਠਾ ਕਰਨ ਦਾ ਕੰਮ ਵੀ ਕਰਦੇ ਨੇ ਇਹ ਜਲ ਜੀਵਨ ਮਿਸ਼ਨ ਦੁਨੀਆ ਨੂੰ ਸਾਫ਼ ਸੁਥਰਾ ਪਾਣੀ ਪਹੁੰਚਾਉਣ ਵਾਸਤੇ ਕੀਤਾ ਹੋਇਆ ਹੈ ਤਾਂ ਕਿ ਸਿਹਤ ਸੰਬੰਧੀ ਕੋਈ ਨੁਕਸਾਨ ਨਾ ਹੋਵੇ ਕਿਸੇ ਲਈ ਤੋ ਨਬੇ ਤੋਂ ਤਕਰੀਬਨ 100 ਕ ਰੰਤ ਚਲ ਸਪਲਾਈ ਜਾਂਦੀ ਹੈ ਇੱਥੇ ਅਸੀਂ ਸਵੇਰ ਨੂੰ ਮੋਟ ਚਲਾਈਦੀ 24 ਘੰਟੇ ਸਪਲਾਈ ਚਲਦੀ ਹੈ ਮੈਡੀਸਨ ਵੀ ਨਾਲ ਹੀ ਚਲਦੀ ਰਹਿੰਦੀ ਹੈ ਹਰ ਟਾਈਮ ਤਾਂ ਜੋ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਸੇਦ ਨੂੰ ਹਰ ਘਰ 'ਚ ਮੀਟਰ ਲੱਗਾ ਹੋਇਆ ਹੈ ਮੀਟਰ ਦੇਖ ਕੇ ਅਸੀਂ ਬਿੱਲ ਲਈਦੇ ਹਾਂ ਮੀਟਰ ਦੀ ਰੀਡਿੰਗ ਲਈਦੀ ਪੂਰੀ 15000 ਤੱਕ ਅਸੀਂ 100 ਰੁਪਏ ਲਈਦਾ ਉਸ ਤੋਂ ਬਾਅਦ ਪਰ ਯੂਨਿਟ ਤੇ 10 ਰੁਪਏ ਯਕੀਨਨ ਹਰ ਘਰ ਜਲ ਯੋਜਨਾ ਲੋਕਾਂ ਲਈ ਵਰਦਾਨ ਬਣ ਗਈ ਹੈ ਤੇ ਅੱਜ ਲੋਕ ਇਸ ਤਹਿਤ ਆਪਣੇ ਘਰ ਵਿੱਚ ਪੀਣ ਵਾਲਾ ਸਾਫ਼ ਪਾਣੀ ਹਾਸਲ ਕਰ ਰਹੇ ਨੇ ਸੁਤੰਤਰ ਕੁਮਾਰ ਦੇ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਆਜ਼ਾਦੀ ਕਾ ਅਮਰਤ ਮਹਾਸੋ ਨੂੰ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤ ਦੀਆਂ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਤੇ ਗੁਮਨਾਮ ਆਜ਼ਾਦੀ ਸੰਗਰਾਮੀਾਂ ਦੇ ਜੀਵਨ ਦੇ ਪਹਿਲੋਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕਵੀ ਅਤੇ ਸੁਤੰਤਰਤਾ ਸੰਾਨੀ ਗਰਮੱਲਾ ਸਤਿਆਨਾਰਾਇਣ ਵੈਂਕਟ ਸੁਭਾ ਰੈੜਿਆਰ ਅਤੇ ਤਾਨੀਰਾਮ ਚਾਤਰੀ ਦੇ ਬਾਰੇ ਜਾਣਕਾਰੀ ਦੇ ਰਹਾਂ 18 ਦਸੰਬਰ ਗਰੀਮੱਲਾ ਸਤਿਆਨਾਰਾਇਣ ਦੀ ਵਰ੍ਹੇ ਹੈ ਗਰੀਮੱਲਾ ਸਤਿਆਨਾਰਾਇਣ ਕਵੀ ਅਤੇ ਸੁਤੰਤਰਤਾ ਸੈਨਾ ਨਿਸਾਨ ਉਹਨਾਂ ਦਾ ਜਨਮ ਆਂਧਰਾ ਪ੍ਰਦੇਸ਼ ਦੇ ਸ਼੍ਰੀ ਕਾਕੁੱਲਮ ਵਿੱਚ ਹੋਇਆ ਸੀ ਉਹਨਾਂ ਨੇ ਆਂਧਰਾ ਦੇ ਲੋਕਾਂ ਨੂੰ ਦੇਸ਼ ਭਗਤੀ ਦੇ ਗੀਤਾਂ ਰਾਹੀਂ ਅੰਗਰੇਜ਼ਾਂ ਦੇ ਵਿਰੁੱਧ ਪ੍ਰੇਰਿਤ ਅਤੇ ਇਕਜੁੱਟ ਕੀਤਾ ਜਦੋਂ ਮਹਾਤਮਾ ਗਾਂਧੀ ਨੇ ਲੋਕਾਂ ਨੂੰ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਗਰੀਮੱਲਾ ਪੜ੍ਹਾਈ ਛੱਡ ਕੇ ਅੰਦੋਲਨ ਵਿੱਚ ਸ਼ਾਮਲ ਹੋ ਗਏ ਇਸ ਦੌਰਾਨ ਉਹਨਾਂ ਨੇ ਪ੍ਰਸਿੱਧ ਗੀਤ ਮਕੋੜੀ ਤੇਲਾ ਦੋਰਾ ਟਨਾਮੂ ਲਿਖਿਆ ਜਿਸ ਲਈ ਉਹਨਾਂ ਨੂੰ 1922 ਵਿੱਚ 1 ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਆ ਗਾਂਧੀ ਟੋਪੀ ਪੇਟੀ ਪਾਟਾ ਚਾਲਾ ਲੋਕੀ ਆਵੋ ਦੂ ਰਾਵੋ ਦੰਟਾਡੋ ਰਾਤ ਨੰਬੜੀ ਲੋ ਪੈਟਾ ਵੱਦੰਟਾਡੋ ਥੋਪੀ ਤੀਸੀ ਵੀਪੁਲ ਬਾਦੁ ਦਾਡੋ ਆਇਓ ਰਾਜਾ ਦਰੋਹਾ ਮੰਤ ਰਾਤਨ ਲੋ ਹੁੰਦੰਟਾ ਮਾ ਕੋਚੀ ਜੱਲ ਦੋਧਾ ਜੇਲ ਤੋ ਰਹਾ ਹੋਂ ਤੋਂ ਬਾਦ ਉਹ ਪਿੰਡਾਂ ਵਿੱਚ ਗੀਤ ਗਾ ਕੇ ਅੰਦੋਲਨ ਵਿੱਚ ਭਾਗ ਲੈਂਦੇ ਰਹੇ ਇਸ ਲਈ ਉਹਨਾਂ ਨੂੰ 2.5 ਸਾਲ ਦੀ ਕੈਰਡੀਜ਼ ਜੇਲ ਸਜ਼ਾ ਦਿੱਤੀ ਗਈ ਗਰੀਮੱਲਾ ਦੇ ਜੇਲ ਵਿੱਚ ਰਹਿਣ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਦੇਹਾਂਤ ਹੋ ਗਿਆ ਕਈ ਸਾਲ ਅਤਿ ਦੀ ਗਰੀਬੀ ਵਿੱਚ ਰਹਿਣ ਤੋਂ ਬਾਅਦ 18 ਦਸੰਬਰ 1952 ਨੂੰ ਗਰੀ ਮੱਲਾ ਦਾ ਵੀ ਦਿਹਾਂਤ ਹੋ ਗਿਆ। ਦੂਰਦਰਸ਼ਨ ਵੱਲੋਂ ਉਹਨਾਂ ਨੂੰ ਕੋਟਨ ਕੋਟ ਨੰਬਰ ਅੱਜ ਅਸੀਂ ਮਹਾਨ ਨੇਤਾ ਵੀ ਵੈਂਕਟ ਸੂਬਾ ਰੈਡੀਆਰ ਨੂੰ ਯਾਦ ਕਰ ਰਹੇ ਹਾਂ। ਉਹ ਉਹਨਾਂ ਨੇਤਾਵਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਪੰਡੀਚੇਰੀ ਵਿੱਚ ਫਰਾਂਸ ਦੇ ਵਿਰੁੱਧ ਆਜ਼ਾਦੀ ਅੰਦੋਲਨ ਵਿੱਚ ਭਾਗ ਲਿਆ ਸੀ। ਵੀ ਵੈਂਕਟ ਸੂਬਾ ਦਾ ਜਨਮ ਪਾਂਡੇਚੇਰੀ ਵਿੱਚ ਧਨੀ ਕਿਸਾਨ ਪਰਿਵਾਰ ਵਿੱਚ ਹੋਇਆ ਸੀ 1940 ਵਿੱਚ ਉਹ ਨੇਤਾ ਪੱਕਮ ਦੇ ਮੇਅਰ ਬਣੇ ਉਹਨਾਂ ਨੇ ਮੰਗ ਕੀਤੀ ਕਿ ਫ੍ਰਾਂਸੀਸੀ ਪਾਂਡੇਚੇਰੀ ਛੱਡ ਦੇਣ ਅਤੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਦੇਣ ਰੈਡੀਅਰ ਸਣੇ ਬਾਰਾ ਨੇਤਾਵਾਂ ਨੇ 1954 ਵਿੱਚ ਫਰਾਂਸ ਸਰਕਾਰ ਦੇ ਬਰਾਬਰ ਸਰਕਾਰ ਦਾ ਗਠਨ ਕੀਤਾ 13 ਅਕਤੂਬਰ 1954 ਨੂੰ ਭਾਰਤੀ ਸੰਘ ਵਿੱਚ ਪਾਂਡੇਚੇਰੀ ਸ਼ਾਮਲ ਹੋਇਆ ਵੈਂਕਟ ਸੁਭਾ ਰੈਡੀਆਰ ਪਾਂਡੇਚੇਰੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਬਣੇ ਅਤੇ ਉਸ ਤੋਂ ਬਾਅਦ ਦੋ ਵਾਰ ਪਾਂਡੇਚੇਰੀ ਦੇ ਮੁੱਖ ਮੰਤਰੀ ਰਹੇ ਨਮਨ ਇਸ ਮਹਾਨ ਸ਼ਖਸੀਅਤ ਨੂੰ ਟਿੱਪ ਤੇਰੀ ਸ਼ਾਨਾਂ ਦੇ ਸਭ ਸਾਮਾਨ ਤੇਰੇ ਜਲ ਫਾਉਣ ਤੇਰਾ ਹਰਿਆਲ ਤੇਰੀ ਦਰਿਆ ਪਰਬਤ ਮੈਦਾਨ ਤੇਰੇ ਓ ਅੱਜ ਅਸੀਂ ਪੰਜਾਬੀ ਕਵੀ ਧਨੀ ਰਾਮ ਚਾਤਰੀਕ ਨੂੰ ਵੀ ਸ਼ਰਤਾਂਜਲੀ ਭੇਟ ਕਰ ਰਹੇ ਹਾਂ ਉਨ੍ਹਾਂ ਦਾ ਦਿਹਾਂਤ 18 ਦਸੰਬਰ 1954 ਨੂੰ ਹੋਇਆ ਸੀ। ਤਨੀ RAM ਨੇ ਭਾਰਤ ਅਤੇ ਆਜ਼ਾਦੀ ਅੰਦੋਲਨ ਦੌਰਾਨ ਅਤੇ ਉਸ ਤੋਂ ਬਾਅਦ ਆਪਣੀਆਂ ਕਵਿਤਾਵਾਂ ਰਾਹੀਂ ਰਾਸ਼ਟਰਵਾਦੀ ਭਾਵਨਾ ਪ੍ਰਗਟ ਕੀਤੀ। ਉਹਨਾਂ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਪ੍ਰਮੁੱਖ ਕਵੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਆਉਣ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀ ਸਬੰਧੀ ਅੱਜ ਅਸੀਂ ਪੇਸ਼ ਕਰ ਰਹੇ ਹਾਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਆਧਾਰਿਤ ਇਹ ਰਿਪੋਰਟ ਸਿਆਸੀ ਤੇ ਇਤਿਹਾਸਕ ਪੱਖੋਂ ਮਹੱਤਵਪੂਰਨ ਜ਼ਿਲ੍ਹਾ ਪਟਿਆਲਾ ਵਿੱਚ ਚੋਣ ਗਤੀਵਿਧੀਆਂ ਤੇਜ਼ੀ ਨਾਲ ਜਾਰੀ ਨੇ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਇਸ ਜ਼ਿਲ੍ਹੇ ਵਿੱਚ 8 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ ਵਿੱਚ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਮਾਣਾ, ਛਤਰਾਣਾ, ਨਾਬਾ ਅਤੇ ਸਨੌਰ ਹਲਕੇ ਸ਼ਾਮਲ ਨੇ ਇਸ ਅਿਲਵਿਚ ਇਸ ਸਮੇ 14,75,754 ਵੋਟਰ ਨੇ ਜਿਨ੍ਹਾਂ ਵਿੱਚੋਂ 7,72,468 ਮਰਦ ਅਤੇ 7,32,228 ਮਹਿਲਾ ਵੋਟਰ ਸ਼ਾਮਲ ਨੇ ਇਹਨਾਂ ਤੋਂ ਇਲਾਵਾ 59 ਥਰਡ ਜੈਂਡਰ ਵੋਟਰ ਵੀ ਮੌਜੂਦ ਨੇ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਮੁੱਖ ਚੋਣ ਅਧਿਕਾਰੀ ਸੰਦੀਪ ਹਾਂਸ ਨੇ ਦੱਸੇ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਸੁਧਾਈ ਮਗਰੋਂ ਹੀ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਦੀ ਅੰਤਮ ਸੂਚੀ ਸਾਹਮਣੇ ਆਵੇਗੀ ਉਨ੍ਹਾਂ ਦੱਸਿਆ ਕਿ 1 ਜਨਵਰੀ 2022 ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੁਵਾ ਨਾਗਰਿਕਾਂ ਨੂੰ ਵੋਟਾਂ ਬਣਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਅਜੇ ਇਹ ਵਿਧਾਨ ਸਭਾ ਹਲਕਿਆਂ ਅਤੇ ਪੋਲਿੰਗ ਬੂਥਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿੱਥੇ ਗੜਬੜੀ ਦਾ ਜ਼ਿਆਦਾ ਖਤਸ਼ਾ ਹੋ ਸਕਦਾ ਹੈ ਜਾਂ ਜੋ ਸੁਰੱਖਿਆ ਪੱਖੋਂ ਸੰਵੇਦਨਸ਼ੀਲ ਨੇ ਇਸ ਦੇ ਹਿਸਾਬ ਨਾਲ ਹੀ ਪੁਲਿਸ ਅਤੇ ਨੇਮ ਫੌਜੀ ਬਣਾ ਦੀ ਤਾਇਨਾਤੀ ਹੋਵੇਗੀ ਅਤੇ ਬੂਥਾਂ ਤੇ ਵੈਬ ਕਾਸਟਿੰਗ ਦਾ ਫੈਸਲਾ ਹੋਵੇਗਾ ਇਲੈਕਸ਼ਨਾਂ 'ਚ ਇਹ ਦੇਖਿਆ ਗਿਆ ਹੈ ਕਿ ਜਿਹੜੀ ਵੋਟਰ ਸੂਚੀ ਹੈ ਉਹ ਹੈਲਦੀ ਹੋਣੀ ਚਾਹੀਦੀ ਹੈ ਕਿ ਉਹ ਹਰ ਤਰ੍ਹਾਂ ਮੁਕੰਮਲ ਹੋਣੀ ਚਾਹੀਦੀ ਹੈ ਕਿ ਉਹ ਵਿੱਚ ਗਲਤੀ ਦਾ ਕੋਈ ਚਾਂਸ ਨਹੀਂ ਹੁੰਦਾ ਸੋ ਜਿਹੜੀ ਹੁਣ ਸਾਡੀ ਸਪੈਸ਼ਲ ਸਮਰੀ ਰਿਵੀਜ਼ਨ ਚੱਲ ਰਹੀ ਹੈ ਜਿਹੜੀ ਕਿ ਹੁਣ 20 ਦਸੰਬਰ ਨੂੰ ਖਤਮ ਹੋਣੀ ਹੈ ਉਹਨੂੰ ਲੈ ਕੇ ਉਹਦੇ ਵਿੱਚ ਜਿਨ੍ਹਾਂ ਵੋਟਰ ਜਿਹੜੇ ਫਸਟ ਟਾਈਮ ਵੋਟਰ ਹੈ ਉਹਨਾਂ ਨੂੰ ਫਾਰਮ 6 ਪਰਵਾ ਕੇ ਉਹਨਾਂ ਦੀ ਵੋਟ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਹੜੇ ਵੋਟਰ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਜਾਂ ਜਿਹੜੀਆਂ ਲੜਕੀਆਂ ਵਹੀਆਂ ਗਈਆਂ ਜਾਂ ਜਿਹੜੇ ਪਰਿਵਾਰ ਇਥੋਂ ਸ਼ਿਫਟ ਕਰ ਗਏ ਹੈ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹੈ ਔਰ ਇਹ ਜਿਹੜੀ ਹੈ ਵੋਟਰਲਿਸ ਸਾਡੀ ਜਿਹੜੀ ਹੈ 20 ਤਰੀਕ ਨੂੰ ਇਹ ਸਾਰੀ ਐਕਸਰਸਾਈਜ਼ ਮੁਕੰਮਲ ਹੋ ਜਾਏਗੀ ਹੈਗਾ ਹੁਣ ਇਲੈਕਸ਼ਨ ਕਮਿਸ਼ਨ ਨੇ ਵਲਨਰੇਬਲ ਔਰ ਕ੍ਰਿਟੀਕਲ ਜਿਹੜੇ ਹੈਗੇ ਆ ਉਹ ਜਿਹੜੇ ਇਹ ਏਰੀਆਜ਼ ਆਇਡੈਂਟੀਫਾਈ ਕਰਕੇ ਉਹ ਏਰੀਆ ਦੇ ਵਿੱਚ ਜਿਹੜਾ ਬੂਥ ਹੈਗਾ ਉਥੇ ਉਸ ਹਾਵਨਾ ਤਿਆਰੀ ਕੀਤੀ ਜਾਂਦੀ ਹੈ ਉਸ ਏਰੀਏ ਦੀ ਉਸ ਜਿਹੜੀ ਉਥੇ ਦੀ ਪੋਪੂਲੇਸ਼ਨ ਹੈ ਜਾਂ ਜਿਹੜੀ ਉਥੇ ਦੇ ਵੋਟਰ ਨੇ ਉਹਨਾਂ ਦੀ ਵਲਨਰੇਬਿਲਟੀ ਦੇਖ ਕੇ ਇਹ ਜਿਹੜਾ ਹੈ ਇਹ ਤਿਆਰੀ ਜਿਹੜੀ ਹੈਗੀ ਇਹ ਕੀਤੀ ਜਾਂਦੀ ਹੈ ਬੂਥ ਵੀ ਉਸੇ ਹਿਸਾਬ ਨਾਲ ਫਿਰ ਵਲਨਰੇਬਲ ਡਿਕਲੇਅਰ ਹੁੰਦਾ ਤੇ ਫੋਰਸੇਸ ਵੀ ਜਿਹੜੀਆਂ ਹੁੰਦੀਆਂ ਉਸ ਹਿਸਾਬ ਨਾਲ ਲੱਗਦੀਆਂ ਹੈਗੀਆਂ ਫੋਰਸੇਸ ਤੋਂ ਮੇਰਾ ਮਤਲਬ ਜਿਹੜੀਆਂ ਸੈਂਟਰਲ ਆਰਮਡ ਪੁਲਿਸ ਫੋਰਸੇਸ ਹੈ ਉਹ ਤੋਂ ਹੈ ਔਰ ਸਟੇਟ ਪੁਲਿਸ ਤੋਂ ਹੈ ਉਸ ਤੋਂ ਇਲਾਵਾ ਜਿਹੜੀ ਉੱਥੇ ਅਸੀਂ ਵੈਬ ਕਾਸਟਿੰਗ ਵੀ ਕਰਦੇ ਹੈਗੇ ਇਹ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਮਾਈਂਡ ਚ ਰੱਖ ਕੇ ਕੀਤਾ ਜਾਂਦਾ ਹੈ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਐਚਐਸਪੁਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜਨ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਹਮੇਸ਼ਾ ਲਕਸ਼ਮਣ ਕਮਿਸ਼ਨ ਦੀਆਂ ਗਾਈਡਲਾਈਨਸ ਹੁੰਦੀਆਂ ਨੇ ਇਹ ਦੱਸਤਾ ਹੁੰਦੀਆਂ ਨੇ ਜਿੱਥੇ ਜਿਹੜੇ ਅਸੀਂ ਸਿਸਟਮ ਜਾਂ ਬਹੁਤ ਸੰਸਥਾ ਜਿਹੜੇ ਹੱਦ ਨੇ ਪਤਾ ਤਾਂ ਉਹਨਾਂ ਥਾਵਾਂ ਤੇ ਜਿਹੜੀ ਉਹ ਫੋਰਸ ਉਹ ਜ਼ਿਆਦਾ ਲੱਗੇਗੀ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕਰਕੇ ਤੇ ਕਿਸ ਕਾਰਨ ਕਰਕੇ ਉਹ ਸਿਸਟਮ ਤੇ ਜਿਹੜੀ ਉਹ ਫੋਰਸ ਦੀ ਰਿਪੋਰਟ ਜਿਆਦਾ ਨਹੀਂ ਵੀ ਤੋਸ ਜਿਆਦਾ ਨਹੀਂ ਹੈ ਪਟਿਆਲਾ ਤੋਂ ਸ਼ਿਵ ਨਰਾਇਣ ਜਾੰਗੜਾ ਦੀ ਰਿਪੋਰਟ ਭਾਰਤ-ਪਾਕ ਮંત્રી ਸਰਦ ਦੇ ਫਿਰੋਜ਼ਪੁਰ ਸੈਕਟਰ ਵਿੱਚ ਬੀਐਸਐਫ ਦੇ ਸਵਿਛ੍ਰੇਤ ਜਵਾਨਾਂ ਨੇ ਬੀਤੀ ਰਾਤ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਡਰੋਨ ਨੂੰ ਥੱਲੇ ਸੁੱਟ ਲਿਆ ਇਹ ਡਰੋਨ ਕੁਮੰਤਰੀ ਸਰਦ ਦੇ 300 ਮੀਟਰ ਭਾਰਤੀ ਇਲਾਕੇ ਵਿੱਚ ਦਾਖਲ ਹੋ ਗਿਆ ਸੀ ਬੀਐਸਐਫ ਦੇ ਕੁਮਲਾਰ ਨੇ ਦੱਸਿਆ ਕਿ ਕਬਜ਼ੇ ਵਿੱਚ ਲਏ ਗਏ ਡਰੋਨ ਦੇ ਤੇਜ਼ੀ ਨਾਲ ਘੁੰਮਣ ਵਾਲੇ 6 ਪੱਖੇ ਨੇ ਚੀਨ ਵਿੱਚ ਬਣੇ ਹੋਏ ਨੇ ਇਸ ਦੀਆਂ ਚਾਰ ਬੈਟਰੀਆਂ ਨੇ ਤੇ ਇਸ ਦਾ ਕੁੱਲ ਭਾਰ 23 ਕਿਲੋਗ੍ਰam ਦੱਸਿਆ ਗਿਆ ਹੈ ਅਤੇ 8 ਤੋਂ 10 ਕਿਲੋਗ੍ਰam ਤੱਕ ਭਾਰ ਇੱਕ ਤੋਂ ਦੂਜੀ ਥਾਂ ਲ ਜਾ ਸਕਦਾ ਹੈ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਵੱਖ-ਵੱਖ ਏਜੰਸੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ ਅਤੇ ਇਲਾਕੇ ਵਿੱਚ ਤਲਾਸ਼ੀ ਦਾ ਹੋਰ ਕੰਮ ਜਾਰੀ ਹੈ ਇਸ ਸਤ੍ਰੋਨ ਨੂੰ ਇਸੋਕਾ ਤਰੀਕ ਜੰਗ ਵਿੱਚ ਪਾਕਿਸਤਾਨ ਉਤੇ ਜਿੱਤ ਹਾਸਲ ਕਰਨ ਦੇ 50 ਬਰੇ ਪੂਰੇ ਹੋਣ ਤੇ ਬੀਐਸਐਫ ਦੇ ਫਰੀਦਕੋਟ ਕੈਂਪਸ ਵਿੱਚ ਸਵਰਣਮ ਵਿਜੇ ਦਿਵਸ ਮਨਾਇਆ ਗਿਆ ਇਸ ਜੰਗ ਵਿੱਚ ਭਾਰਤੀ ਫੌਜ ਦੇ ਨਾਲ ਨਾਲ ਬੀਐਸਐਫ ਦੀ ਆਰਟਰੀ ਯੂਨਿਟ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ ਅਤੇ ਇਸ ਜੰਗ ਵਿੱਚ ਉਪ ਕਮਾਂਡੈਂਟ ਯੋਗਿੰਦਰ ਸਿੰਘ ਤੇ ਸਹਾਇਕ ਕਮਾਂਡੈਂਟ ਕੇ ਜੇ ਠਾਕੁਰ ਸ਼ੀਤ ਹੋ ਗਿਆ ਸਮਾਗਮ ਦੌਰਾਨ ਬਲਿਦਾਨ ਦੇਣ ਵਾਲੇ ਸੈਨਿਕਾਂ ਸ਼ਰਧਾਂਜਲੀ ਭੇਟ ਕੀਤੀ ਗਈ ਡਿਪਟੀ ਕਮਾਂਡੈਂਟ ਮਹਿੰਦਰ ਸਿੰਘ ਨੇ ਸਵਰਣਮ ਵਿਜੇ ਦੇ ਵਰਸ਼ ਤੇ ਜੰਗ ਦੌਰਾਨ ਬੀਐਸਐਫ ਦੀ ਭੂਮਿਕਾ ਤੇ ਉਪਲਬਧੀਆਂ ਬਾਰੇ ਹਾ ਜਾਣਕਾਰੀ ਦਿੱਤੀ ਕੇਂਦਰੀ ਲੋਕ ਨਿਰਮਾਣ ਵਿਭਾਗ ਦੀ ਜੂਨੀਅਰ ਇੰਜੀਨੀਅਰਸ ਐਸੋਸੀਏਸ਼ਨ ਦੀ ਚੰਡੀਗੜ੍ਹ ਸ਼ਾਖਾ ਵੱਲੋਂ ਬੀਤੇ ਦਿਨੀ ਪਜੀ ਆਈ ਦੇ ਸਹਿਯੋਗ ਨਾਲ 25ਵਾਂ ਖੂਨਦਾਨ ਕੈਂਪ ਲਗਾਇਆ ਗਿਆ ਚੰਡੀਗੜ੍ਹ ਦੇ ਸੈਕਟਰ 9 ਦੇ ਕੇਂਦਰੀ ਸਦਰਮ ਵਿੱਚ ਲਗਾਏ ਗਏ ਕੈਂਪ ਦਾ ਰਸਮੀ ਉਦਘਾਟਨ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਉੱਤਰੀ ਖੇਤਰ ਦੇ ਐਸ ਡੀ ਜੀ ਇੰਜੀਨੀਅਰ ਅਨੰਤ ਕੁਮਾਰ ਨੇ ਕੀਤਾ ਇਸ ਕੈਂਪ ਵਿੱਚ ਕੇਂਦਰੀ ਸਦਰਮ ਵਿੱਚ ਸਥਿਤ ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਨੇ ਖੂਨਦਾਨ ਕੀਤਾ ਇਸ ਸਥਿਤੀ 'ਤੇ ਸਖਤਰ ਰਕੇਸ਼ ਕੁਮਾਰ ਨੇ ਦੱਸਿਆ ਕਿ ਕੋਲ 158 ਯੂਨਿਟ ਖੂਨ ਇਕੱਠਾ ਕੀਤਾ ਗਿਆ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਸਵੇਰ ਵੇਲੇ ਵਿਕਸੰਗਣੀ ਤੁੰਦ ਛਾਈਰੀ ਹਾਲਾਂਕਿ ਦਿਨ ਚੜ੍ਹ ਨਾਲ ਹਲਕੀ ਤੁੰਦ ਖਿੜੀ ਪਰ ਸੀਤ ਲਹਿਰ ਆਪਣੇ ਪੂਰੇ ਜ਼ੋਰ ਤੇ ਹੈ ਤੇ ਲੋਕਾਂ ਨੂੰ ਕੜਾਕਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁੰਦ ਕਾਰਨ ਸੜਕੀ ਰੇਲਵੇ ਤੇ ਹਵਾਈ ਆਵਾਜਾਈ ਵਿੱਚ ਵਿਘਨ ਪਿਆ। ਮੌਸਮ ਵਿਭਾਗ ਨੇ ਆਉਣ ਦੇ ਦਿਨਾਂ ਵਿੱਚ ਸਮੁੱਚੇ ਪੰਜਾਬ ਵਿੱਚ ਸੰਗਣੀ ਤੁੰਦ ਪੈਣ ਤੇ ਠੰਡ ਹੋਰ ਵਧਣ ਦੀ ਸੰਭਾਵਨਾ ਜਤਾਈ ਹੈ। ਖਬਰਾਂ ਦੇ ਪ੍ਰੋਗਰਾਮ ਸਾਡੇ ਦਰਸ਼ਕ RNU DD ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਇਸ ਦਿਨ ਵਾਲੀ ਖਬਰਾਂ ਦਾ ਪ੍ਰੋਗਰਾਮ ਖਤਮ ਹੁੰਦਾ ਹੈ ਮੈਂ 마ਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਹਾਂ ਬਾਹਰ ਜਾਣ ਵੇਲੇ ਤੁਸੀਂ ਵੀ 마ਸਕ ਲਗਾ ਕੇ ਜਾਓ